ਸਿੱਧਾ ਧੂਰੀ ਦਾ ਰੁਖ ਕਰਤਾ ਜਿੱਥੇ ਦਿੱਲੀ ਸੁਪਰੀਮ ਕੋਰਟ ਵਿੱਚ ਕੇਜਰੀਵਾਲ ਬੋਲ ਰਿਹਾ ਵਿਸ਼ੇਸ਼ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਤੀਰਥ ਯਾਤਰਾ ਦੀ ਸ਼ੁਰੂਆਤ ਉੱਥੇ ਹੀ ਖਾਸ ਤੌਰ ਤੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਨਾਲ ਹੀ ਆਪ ਸੁਪਰੀਮ ਕੋਰਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸਟੇਜ ਤੇ ਜਿੱਥੇ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਸੰਦੇਸ਼ ਨੂੰ ਨਾਲ ਲੈ ਕੇ ਆਪਣੀਆਂ ਸਰਕਾਰਾਂ ਚਲਾ ਰਹੇ ਹਾਂ ਯਾਨੀ ਕਿ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲ ਰਹੇ ਹਾਂ ਤੇ ਪੰਜਾਬ ਦੇ ਲੋਕਾਂ ਦੇ ਲਈ ਮੁੱਖ ਮੰਤਰੀ ਤੀਰਥ ਯਾਤਰਾ ਮੁਹਿੰਮ ਦਾ ਆਗਾਜ਼ ਕੀਤਾ ਹੈ ਅਰਵਿੰਦ ਕੇਜਰੀਵਾਲ ਉਹਨਾਂ ਨੇ ਚੀਫ ਮਿਨਿਸਟਰ ਮਾਨ ਨੇ ਸੋ ਹੁਣ ਇਹ ਵੀ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਅਜਿਹੀ ਮੁਹਿੰਮ ਦੀ ਸ਼ੁਰੂਆਤ ਨਹੀਂ ਕੀਤੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਿੱਥੇ ਪ੍ਰਕਾਸ਼ ਪੁਰਬ ਮੌਕੇ ਤਮਾਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀ ਸੰਗਤ ਨੂੰ ਵਧਾਈਆਂ ਦਿੱਤੀਆਂ ਨੇ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਸੰਦੇਸ਼ ਲੈ ਕੇ ਆਪਣੀਆਂ ਸਰਕਾਰਾਂ ਚਲਾ ਰਹੇ ਹਾਂ ਸੋ 50,000 ਤੋਂ ਵੱਧ ਸ਼ਰਧਾਲੂ ਯੋਜਨਾ ਤਹਿਤ ਯਾਤਰਾ ਕਰਦੇ ਹੋਏ ਨਜ਼ਰ ਆਉਣਗੇ ਆਉਣ ਵਾਲੇ ਸਮੇਂ ਵਿੱਚ ਅਜਿਹੀ ਜਿਹੜੀ ਹੈ ਸਕੀਮ ਉਹ ਦਿੱਲੀ ਦੇ ਵਿੱਚ ਵੀ ਚਲਾਈ ਹੋਈ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਧੂਰੀ ਤੋਂ ਸ਼੍ਰੀ ਨਦੇੜ ਸਾਹਿਬ ਦੇ ਲਈ ਰਵਾਨਾ ਹੋਏਗਾ ਪਹਿਲਾ ਜੱਥਾ ਤੇ ਧੂਰੀ ਦੇ ਵਿੱਚ ਚੀਫ ਮਿਨਿਸਟਰ ਮਾਨ ਤੇ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਨੇ ਆਗਾਜ਼ ਕੀਤਾ ਹੈ ਸੋ ਉੱਥੇ ਚੀਫ ਮਿਨਿਸਟਰ ਮਾਨ ਨੇ ਵੀ ਪ੍ਰਕਾਸ਼ ਪੁਰਬ ਮੌਕੇ ਸੰਗਤ ਨੂੰ ਵਧਾਈਆਂ ਦਿੱਤੀਆਂ ਨੇ ਤਾਂ ਇਹ ਵਿਸ਼ੇਸ਼ ਪ੍ਰੋਗਰਾਮ ਜੋ ਧੂਰੀ ਵਿਖੇ ਰੱਖਿਆ ਗਿਆ ਉੱਥੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਚੀਫ ਮਿਨਿਸਟਰ ਮਾਨ ਤੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਰਾਜਸਭਾ ਮੈਂਬਰ ਵੀ ਮੌਕੇ ਤੇ ਮੰਚ ਤੇ ਹਾਜ਼ਰ ਨੇ ਸੋ ਅੱਜ ਵਿਸ਼ੇਸ਼ ਤੌਰ ਤੇ 594 ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜਿੱਥੇ ਦੋਨੋਂ ਮੁੱਖ ਮੰਤਰੀਆਂ ਨੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵਧਾਈਆਂ ਦਿੱਤੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀ ਸੰਗਤ ਨੂੰ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਇੱਕ ਨਵੀਂ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਤਾਂ ਧੂਰੀ ਤੋਂ ਸ਼੍ਰੀ ਨਦੇੜ ਸਾਹਿਬ ਦੇ ਲਈ ਪਹਿਲਾ ਜਥਾ ਰਵਾਨਾ ਹੋਏਗਾ 50,000 ਤੋਂ ਵੱਧ ਸ਼ਰਧਾਲੂ ਯੋਜਨਾ ਤਹਿਤ ਯਾਤਰਾ ਕਰਨਗੇ ਟ੍ਰੇਨਾਂ ਸ਼ੁਰੂ ਹੋਈਆਂ ਹੋਣਗੀਆਂ ਅੱਜ ਪਹਿਲੀ ਟ੍ਰੇਨ ਜਾ ਰਹੀ ਹੈ 1,040 ਸਵਾਰੀਆਂ ਇੱਕ ਟ੍ਰੇਨ 'ਚ ਜਾਂਦੀਆਂ ਜੀ ਬੜੀਆਂ ਸ਼ਾਨਦਾਰ ਏਸੀ ਟ੍ਰੇਨਾਂ ਨੇ ਔਰ ਖਾਣ ਪੀਣ ਨੂੰ ਵਿੱਚ ਸਭ ਕੁਛ ਮਿਲੂਗਾ ਖਾਣਾ ਡਾਕਟਰ ਵਿੱਚ ਹੈ ਅੱਜ 300 ਸ਼ਰਧਾਲੂ ਜਿਹੜੇ ਨੇ ਉਹ ਅੰਮ੍ਰਿਤਸਰ ਸਾਹਿਬ ਤੋਂ 220 ਤੋਂ ਉੱਪਰ ਜਲੰਧਰ ਤੋਂ 510-520 ਧੂਰੀ ਦੇ ਇਸ ਜੰਕਸ਼ਨ ਤੋਂ ਅੱਜ ਹਜ਼ੂਰ ਸਾਹਿਬ ਲਈ ਰਵਾਨਾ ਹੋਣਗੇ ਇਸੇ ਤਰ੍ਹਾਂ ਹੀ ਏਸੀ ਬੱਸਾਂ ਵੀ ਹੋਣਗੀਆਂ ਜਿਹੜੀਆਂ ਤਖਤ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣਗੀਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣਗੀਆਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਾਉਣਗੇ ਫਤਿਹਗੜ੍ਹ ਸਾਹਿਬ ਦਰਸ਼ਨ ਹੋਣਗੇ ਦੁੱਖ ਨਿਵਾਰਨ ਸਾਹਿਬ ਪਟਿਆਲਾ ਵੈਸ਼ਨੋ ਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਜਵਾਲਾ ਮਾਤਾ ਜਵਾਲਾ ਜੀ ਬਗਲਾ ਮੁਖੀ ਸਾਲਾਸਰ ਚਿੰਤਪੁਰਨੀ ਤੇ ਸਰਕਾਰ ਨੇ ਪੰਜਾਬ ਸਰਕਾਰ ਨੇ ਅੱਜ ਦੇ ਦਿਨ ਫੈਸਲਾ ਕੀਤਾ ਹੈ ਕਿ ਇੱਕ ਪੁੰਨ ਦਾ ਕੰਮ ਕਰਨਾ ਹੈ ਕਿ ਅੱਜ ਤੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ ਹੈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ਼੍ਰੀ ਹਜ਼ੂਰ ਸਾਹਿਬ ਜਾ ਰਹੀ ਨਾਂਦੇੜ ਜਾ ਰਹੀ ਅੱਜ ਧੂਰੀ ਦੀ ਧਰਤੀ ਤੇ ਆਇਆ ਸੀ ਮਾਨ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿੱਥੇ ਤਮਾਮ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਸੰਗਤ ਨੂੰ ਵਧਾਈਆਂ ਦਿੱਤੀਆਂ ਨੇ ਤੇ ਉੱਥੇ ਉਹਨਾਂ ਨੇ ਕਿਹਾ ਹੈ ਕਿ ਅੱਜ ਦੇ ਦਿਨ ਪਵਿੱਤਰ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਨਾਲ ਹੀ ਚੀਫ ਮਿਨਿਸਟਰ ਮਾਨ ਨੇ ਆਪਣੇ ਸੰਬੋਧਨ ਦੌਰਾਨ ਇਹ ਵੀ ਗੱਲਬਾਤ ਦਾ ਜ਼ਿਕਰ ਕੀਤਾ ਕਿ ਅੱਜ ਪਹਿਲੀ ਟ੍ਰੇਨ ਰਵਾਨਾ ਕਰਾਂਗੇ ਕੁੱਲ 13 ਟ੍ਰੇਨਾਂ ਤੀਰਥ ਯਾਤਰਾ ਦੇ ਲਈ ਰਵਾਨਾ ਹੋਣਗੀਆਂ ਲੋਕਾਂ ਵਿਚਾਲੇ ਰੱਬ ਵਸਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਜਾਤ ਪਾਤ ਖਤਮ ਕੀਤੀ ਹੈ ਹੋਰ ਵੀ ਉਹਨਾਂ ਨੇ ਜੋ ਪਾਤਸ਼ਾਹ ਦੇ ਫਲਸਫੇ 'ਤੇ ਚੱਲਣ ਦੀ ਜਿਹੜੀ ਹੈ ਗੱਲਬਾਤ ਆਖੀ ਤਾਂ ਉੱਥੇ ਉਹਨਾਂ ਨੇ ਜੀਵਨੀ 'ਤੇ ਵੀ ਥੋੜ੍ਹਾ ਬਹੁਤ ਚਾਨਣਾ ਪਾਇਆ ਪਾਤਸ਼ਾਹ ਦੀ ਸੋ ਪੰਜਾਬ ਦੇ ਲੋਕਾਂ ਨੂੰ ਵੱਖ ਵੱਖ ਧਾਰਮਿਕ ਸਥਾਨਾਂ ਦੇ ਜਿੱਥੇ ਦਰਸ਼ਨ ਕਰਵਾਉਣ ਦੇ ਲਈ ਇਸ ਮੁਹਿੰਮ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਤੋਂ ਵੱਖ ਵੱਖ ਥਾਵਾਂ 'ਤੇ ਧਾਰਮਿਕ ਸਥਾਨਾਂ ਦੇ ਲਈ ਟ੍ਰੇਨਾਂ ਵੀ ਚੱਲਣਗੀਆਂ ਦਿੱਲੀ ਕੀ ਵੀ ਔਰ ਪੰਜਾਬ ਕੀ ਵੀ ਆਮ ਆਦਮੀ ਪਾਰਟੀ ਕੀ ਸਰਕਾਰੇ ਸ਼੍ਰੀ ਗੁਰੂ ਮਹਾਰਾਜ ਜੀ ਕੇ ਸੰਦੇਸ਼ ਔਰ ਉਨਕੀ ਵਾਣੀ ਕੇ ਹਿਸਾਬ ਸੇ ਹਮ ਲੋਗ ਆਪਣੀ ਸਰਕਾਰੇ ਚਲਾ ਰਹੇ ਹੈ
सबसे बड़ा संदेश श्री गुरु जी महाराज का था कि हमें दीन दुखियों की सेवा करनी है, दीन दुखियों के काम आना है। उसी संदेश को लेके हम लोग अपनी सरकारें चला रहे हैं। आज का दिन बहुत पवित्र है। इस पवित्र दिन मुझे बेहद खुशी है कि पंजाब के अंदर एक बहुत ही शानदार और पवित्र स्कीम की शुरुआत की जा रही है, मुख्यमंत्री तीर्थ यात्रा योजना। इस योजना के तहत जो बुजुर्ग लोग हैं उन बुजुर्ग लोगों को तीर्थ यात्रा करवाई जाएगी, अलग अलग तीर्थ स्थानों पर लेके जाएंगे, आने का जाने का रहने का खाने का पीने का सारा खर्चा सरकार देगी। भारत आजाद होने के बाद सबसे पहले दिल्ली के अंदर इस योजना की शुरुआत की गई कुछ साल पहले। अभी तक हम 80,000 लोगों को, दिल्ली में 80,000 लोगों को हम तीर्थ यात्रा करा चुके हैं और मुझे बेहद खुशी है कि आज इस पवित्र स्कीम की शुरुआत पंजाब के अंदर की जा रही है। आज अमृतसर, श्री अमृतसर साहब से शुरू होके श्री हजूर साहब तक ये यात्रा जाएगी। अमृतसर से करीब 300 यात्री, जलंधर से करीब 200 यात्री और धूरी से करीब 500 यात्री इस ट्रेन से यात्रा करेंगे। अभी तक जितनी सरकारें आई सारा अपना घर भरने में लगी हुई थी। ऐसा नहीं है कि उनके पास पैसा नहीं था, ऐसा नहीं है कि हमारे पास पैसा ज्यादा है, लेकिन जो पैसा आज आपकी तीर्थ यात्रा में खर्च हो रहा है ये सारा पैसा पहले लूटने पाटने में जाता था, वो अपने परिवार भरने में, अपने घर भरने में सारा पैसा खर्च करते थे। अब पंजाब के अंदर, दिल्ली के अंदर ईमानदार सरकार है और ये ईमानदार सरकार एक एक पैसा आप लोगों के ऊपर, आपकी बिजली के ऊपर, आपकी दवाइयों के ऊपर, आपके बच्चों की शिक्षा के ऊपर, आपकी तीर्थ यात्रा के ऊपर एक एक पैसा खर्च कर रही है।